ਸੰਸਾਰਾਂ ਦੇ ਪਾਪ ਹੋਣੇ ਸ਼ੁਰੂਆਤ। ਵਿਦਾਤਾ ਜੁਣ ਬਾਗ ਬਣਾਓ, ਆਦਮ ਔਰ ਤੇਗੂਏ ਬੇਟਲੀ ਲਾਗੇ ਤੇ ਥਰਾਜ਼ੀ ਮੌਜੀ ਰੋਂਦੇ। ਤੀਆਂ ਤੇ ਖੁਸ਼ੀ ਜਿਕੜੇ ਨੀ ਤੀਆਂ ਬਣਦੇ ਹੱਥੀ ਤੇ। ਨਾ ਤਿੰਨਾਂ ਤੇ ਅਗੋਲੇ ਸ਼ਰਮ ਹੁੰਦੀ ਤੀ ਕਿ ਲੇਕੀ ਅਜੇ ਤੈਣੀ ਨੀ ਸੰਸਾਰੇ ਪਾਪ ਹੱਥੀ ਤੋ। ਤੀਆਂ ਰੋਹਤੇ ਤੇਊ ਬਾਗਾਂ ਦੀ ਹੰਡਦੇ ਫਿਰਦੇ ਲਾਗੀ ਔਰ ਵਿਦਾਤਾ ਰੋਹ ਤੋ ਤਿੰਨਾਂ ਸੰਗੇ ਗੱਲਾਂ ਬਾਤਾਂ ਕਰਦੋ ਲਾਗੀ। ਸੋ ਬਿਜੀ ਬਜੇਂਦਰੀਆ ਸਤ ਦਾਨੋ ਖਾਸੀ ਚਲਾਕ। ਇੱਕ ਹੀ ਦੇੜੇ ਹੋਏ ਇਹੋ ਕਿ ਸੌ ਦਾਨੋ ਆਏ ਬੇਟਲੀ ਸੇਟਾ ਸੰਗ ਲਾਗੀ ਤੇ ਇਹੋ ਪੁੱਛਦੇ ਵਿਦਾਤਾ ਕੇ ਸੱਚੀ ਬੋਲੋ ਤੋ ਮਲੇ ਕਿ ਇਹ ਬਾਗੇ ਕੋਈ ਬੂਟੋ ਫਲ ਨਹੀਂ ਖਾਈ। ਤੇ ਆ ਬੇਟਲੀ ਦੇਨੋ ਦਾਨੂ ਲੈ ਜਵਾਬ ਵਿਦਾਤਾ ਸਾ ਹਾਂ ਮਲੇ ਇਹੋ ਬੋਲੋ ਦੇ ਕਿ ਹਾਂ ਮੈਂ ਸੋਕਾ ਇਹ ਬਾਗੇ ਸੋ ਬਿਡਾਲਾ ਬੂਟੇ ਫਲ ਖਾਏ ਪਰ ਜੁਣ ਬੂਟ ਇਹ ਬਗੀਚੇ ਮਾਂਜਾ ਮਾਂਜੀ ਆਸਾ ਤੇ ਤਲਿਆ ਸਾ ਨਾ ਕੀ ਉਦੋ। ਤੇ ਤਲਿਆ ਸਾ ਵਿਦਾਤਾ ਇਹ ਬੋਲੋ ਕਿ ਇਹ ਬੂਟੋ ਫਲ ਖਾਣ ਤਾਂ ਦੂਰ ਪਰ ਇਹ ਤਾਂ ਨੀ ਛੂਈ ਵੀ ਆਤੀ ਜੋ ਆਧੇੜੀ ਹਾਂ ਮੈਂ ਇਹ ਤੋਂ ਫਲ ਖਾਏ ਤੇ ਆਧੇੜੀ ਹੋਣੇ ਮਾਰੇ ਮੌਤ। ਤੇ ਆਦਾਨੀ ਬੋਲੋ ਬੇਟਲੀ ਲੈ ਤਮਨੇ ਸੱਚੀ ਚਾਲੇ ਮੋਰੀ ਵਿਦਾਤਾ ਕਸਾ ਥੋ ਕਿਜੇ ਆਧੇੜੀ ਤਮੇ ਇਹ ਬੂਟੋ ਫਲ ਖਾਏ ਤੇ ਆਧੇੜੀ ਖਿਜੇ ਹੋਣੋ ਔਰ ਤੁਮਕ ਵੀ ਜਾਣੋ ਥੋਗ ਲਾਗੀ ਕਿ ਤਮੇ ਕਿਜੇ ਕੀਓ ਔਰ ਤੇਬੇ ਹੋਣੇ ਤਮੇ ਵਿਦਾਤਾ ਜੀਏ ਚੋ ਕ ਭੋਲੇ ਬੂਰੇ ਥੋਕੋਆ। ਸੋ ਬੇਟਲੀ ਲਾਗੀ ਭਾਲੀ ਕਿ ਸੋ ਬੂਟ ਆਸਾ ਹੇਨਾ ਲੈ ਮੋਨਾਲੋ ਭਣਿਆਲੋ ਔਰ ਇਹਤੇ ਫਲ ਵੀ ਸੁਝੇ ਕਿ ਇਹ ਤਾਂ ਖਾਏ ਇਸਨੋ ਸਵਾਦ ਔਰ ਇਹ ਤਾਂ ਕਰੇ ਇਸਣੀ ਮੂੰਹ ਖਾਸੇ ਸਮਝ ਬੁੱਧ ਵੀ ਤੇ ਚੋੜੇ ਤੇ ਬੂਟਾ ਕਾ ਫਲ ਸੰਗ ਪਾਓ ਆਪੂ ਖਾਏ ਆਪਣੇ ਲਾਲੇ ਵੀ ਦੇਨੋ ਔਰ ਤੇ ਵੀ ਟਾਲੋ ਖਾਏ ਜੇਤਰੀ ਤਿੰਨੇ ਫਲ ਖਾਈ ਹੇਰੋ ਤੋ ਕਿ ਤਿੰਨਾ ਆਏ ਸਮਝ ਕਿ ਤਿੰਨੇ ਖਿਜੇ ਕੀਓ ਔਰ ਤੇ ਖੋ ਜਾਣੂ ਤਿੰਨਾ ਕਾ ਇਹੋ ਕਿ ਤੀਆਂ ਸਾ ਨਾਂਗੇ। ਦੇਖ ਬਣਾਇਆ ਤਿੰਨੇ ਫੇਡੂ ਬੂਟਾ ਕਾ ਬੜੇ ਬੜੇ ਪਾਚ ਚੋਲੀ ਕਰੇ ਇਹ ਜਿਕੜੇ ਕਿ ਜੇਤਾ ਕਰੇ ਤੀਆਂ ਆਪਣੇ ਦੇਹ ਪੁਦਰੀ ਸਕੇ ਤਦ ਜਾਓ ਆਦਮੀ ਔਰ ਤੇ ਆਬੇਟਲੀ ਬਾਗਾ ਦੇ ਵਿਦਾਤਾ ਇਛਣੇ ਛੇੜ ਸੁਣੇ ਤਿੰਨਾ ਛੁੱਟੇ ਡੋਰੇ ਕਾਮਣੇ ਸੰਘ ਲੁਕੇ ਤੀਆਂ ਬਾਗਾ ਦੇ ਡਾਲਾ ਬੂਟਾ ਜਾਂਦਰੇ ਵਿਦਾਤਾ ਲਾਏ ਤੇ ਉਹ ਆਦਮੀ ਲਹਾਕਾ ਸੰਘ ਪੁੱਛੋ ਇਹੋ ਤੂੰ ਕਿਹਦੇ ਆਸਾ ਆਦਮੀ ਦੇਨੋ ਇਹੋ ਜਵਾਬ ਬਾਗਾ ਦੇ ਤੇਰੀ ਇਛਣੇ ਛੇੜ ਸੁਣੇ ਕਰੇ ਛੁੱਟੇ ਮੁੱਖਾ ਡੋਰੇ ਕਾਮਣੇ ਕਿਲੇ ਕਿਉਂ ਆਸਾ ਨਾਂਗੋ ਤੇ ਇਲੂ ਕੋ ਡਾਲਾ ਬੂਟਾ ਜਾਂਦਰੇ ਵਿਦਾਤਾ ਪੁੱਛੋ ਸੋ ਆਦਮੀ ਲੈ ਤਾਖਾ ਕੁਣੀ ਖੋਜੋ ਕਿ ਤੂੰ ਆਸਾ ਨਾਂਗੋ ਜੁਣ ਬੂਟ ਬਾਗਾ ਮਾਂਜਾ ਮਾਂਜੀ ਆਸਾ ਤੁਹਰੇ ਤੇ ਤੋ ਫਲ ਕਿ ਨੀ ਖਾਓ ਤੇ ਉਹ ਆਦਮੀ ਦੇ ਨੋ ਵਿਦਾਤਾ ਲੈ ਜਵਾਬ ਔ ਬੇਟਲੀ ਜੁਣ ਤੋ ਮੂੰਹ ਸੰਗ ਆਸਾ ਤੇ ਡਾਏ ਦੇ ਇਹ ਦੇ ਨਾ ਮੁਲੇ ਤੇ ਤੋ ਫਲ ਖਾਣਾ ਦੇ ਮੈਂ ਵੀ ਟਾਲੋ ਖਾਏ ਵਿਦਾਤਾ ਪੁੱਛੋ ਤੇ ਆ ਬੇਟਲੀ ਕਾ ਤੋ ਕਿਲੇ ਕੀ ਹੋਈ ਹੋ ਤੇ ਆ ਬੇਟਲੀ ਦੇ ਨੋ ਜਵਾਬ ਇਹ ਦਾਨੂ ਪਾਏ ਹੂੰ ਕਬੈਲੇ ਦੀ ਤੈ ਖਾਓ ਮੈਂ ਦੇਖੋ ਬੋਲੋ ਵਿਦਾਤਾ ਦਾਨੂ ਲੈ ਜੁਣ ਤੋ ਇਹੋ ਕੀ ਹੋ ਤਾਂ ਲਿਆਸਾ ਸੋਬੇ ਘਰ ਕੇ ਡਾਗੇ ਚੈਣੇ ਔਰ ਬੋਣੇ ਜੀਵਾ ਕਾ ਖਾਸੋ ਫੀਟਕ ਤਾਂ ਲਗਣੋ ਸਾਰੀ ਉਮਰਾ ਪੇਟਾ ਕਰ ਘਿਸ ਰੁਈ ਹਾਂਡਣੋ ਤਾਂ ਔਰ ਇਹ ਬੇਟਲੀ ਮਾਜੇ ਰਹਣੇ ਸੌਦਾ ਇੱਕ ਹੀ ਦੂਜੇ ਸੰਗੇ ਜੀਦ ਤੇਰੀ ਲੁਆਦ ਔਰ ਇਹ ਬੇਟਲੀ ਲੁਆਦਾ ਰਹਣੇ ਸੌਦਾ ਲੈ ਇੱਕ ਹੀ ਦੂਜੇ ਸੰਗੇ ਜੀਦ ਤਿੰਨਾ ਚਲੇਪਣੋ ਤੇਰੋ ਮੂੰਡ ਔਰ ਧਾ ਦੇਣੋ ਤਿੰਨੇ ਘੁੰਡੀ ਦੀ ਡੰਮ ਦੇਖੋ ਬੋਲੋ ਵਿਧਾਤਾ ਤੇ ਆ ਬੇਟਲੀ ਲੈ ਸੁੰਦਾ ਬਾਰੀ ਹੋਣੀ ਤੇਰੀ ਬੁਰੀ ਦਸ਼ਾ ਤੇਰੋ ਸ਼ਾਹ ਰਹਣੋ ਤੇਰੇ ਲਾਲੇ ਦੀ ਸੱਚੇ ਔਰ ਤੇਉ ਕਰਨੋ ਤਾਂ ਆਪਣੇ ਰਾਜ ਤੇਉ ਆਦਮੀ ਲੈ ਬੋਲੋ ਵਿਧਾਤਾ ਇਹੋ ਆਪਣੀ ਬੇਟਲੀ ਜਾਣੇ ਲਾਗੇ ਖਾਓ ਤੋਂ ਇਹ ਬੂਟੋ ਫਲ ਜੇ ਤਾਂ ਖਾਣ ਲੈ ਮੈਂ ਨਾ ਕੀਓ ਤੋ ਤੇਰੇ ਇਹ ਕਰਮ ਪਿੱਛੋਂ ਲਾਗੋ ਧਰਕਤੀ ਲੈ ਫਿਟ ਤਾਂ ਲੱਗਣੀ ਸਾਰੀ ਅਮਰਾ ਦੁੱਖ ਭੁਗਤੀ ਕਰੇ ਪਜਿਆ ਖਾਣੇ ਤਾਂ ਲਾਗਣੋ ਖੇਚੇ ਖੱਟੇ ਕਰੇ ਆਪਣਾ ਪੇਟ ਭਰਨੋ ਪਰ ਧਰਤੀ ਪਜੇਰਨੇ ਤਾਂ ਲੈ ਬਾਣ ਵੇਖਣ ਤਾਂ ਲਾਗਣੀ ਜੀਉਣ ਵਾਲੇ ਖਾਸੇ ਮਿਹਨਤ ਕਰਨੇ ਜੀ ਤੂੰ ਮੋਏ ਮਾਟੇ ਕਾਸਾ ਬਣਾ ਦੋ ਖੀਰੀ ਡਿਉਣੋ ਤੂੰ ਤੇਊ ਹੀ ਮਾਟੇ ਜਿੰਦਰੇ ਧੀ ਹੋਈ ਆਦਮੀ ਡਾਓ ਆਪਣੀ ਲਾਲੀ ਨਾ ਜਨਾਨੀ ਕਿ ਲੇਕੀ ਜਿਤਰੇ ਵੀ ਧਰਤੀ ਦੀ ਮਨੁਸ਼ ਜਿਉਂਦੇ ਆਸਾ ਸੋ ਆਸਾ ਤਿੰਨੇ ਸੋਭੀਏ ਮੂਲ ਮਾਤਾ ਦੇਖੋ ਬਣਾਏ ਵਿਦਾਤਾ ਪਸ਼ੂਏ ਖਾਲੜੀ ਕਰੇ ਜਿਕੜੇ ਸੰਘ ਬਣਾਉ ਤੀਆਂ ਤੇਊ ਆਦਮੀ ਔਰ ਤੇਊਏ ਲਾਲੀ ਲੈ ਦੇਖੋ ਬੋਲੋ ਵਿਧਾਤਾ ਇਹੋ ਇਨੇ ਮਨ ਛਕ ਗੋ ਏਬੇ ਭੋਲੇ ਔਰ ਬੁਰੇ ਦੀ ਇਹੋ ਹੀ ਫਰਕ ਸਮਝ ਅਛਿ ਜਿਉ ਮੁਖਾ ਆਸਾ ਥੋਗ ਏਬੇ ਇਹੋ ਨੀ ਹੋਏ ਕਿ ਇਆਂ ਤੇ ਬੂਟੇ ਫਲਾ ਵੀ ਖਾਏ ਜੇ ਤਾਂ ਕਰੇ ਸੌਦਾ ਜਿਉਂਦੇ ਰੋਹਾ ਇਹ ਤਾਂ ਪਿਛੋ ਕਾੜੇ ਵਿਧਾਤਾ ਤੀਆਂ ਮੰਚ ਅਦਨੇ ਬਾਗਾ ਕਾ ਭਾਗੇ ਵਿਧਾਤਾ ਡਾਏ ਦੇਖੋ ਅਦਨੇ ਬਾਗਾ ਦੀ ਅਮਰ ਜ਼ਿੰਦਗੀ ਦੇਣ ਵਾਲੇ ਬੂਟੇ ਰਖਵਾਲੀ ਕਰਨ ਵਾਲੇ ਸਵਰਗ ਦੂਤ
मूल दैत चौन पवित्र शास्त्री कहानी।